ਜਿਹੜਾ ਇਸ ਵੇਲੇ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ, ਉਹਦੇ 'ਚ ਪਿਛਲੇ ਦਿਨੀ ਇੰਨਾ ਤਸ਼ੱਦਦ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਨੇ ਕੀਤਾ, ਪੰਜਾਬ ਦੇ ਇਲਾਕੇ ਦੇ ਅੰਦਰ ਆ ਕੇ ਕੀਤਾ। ਬਹੁਤ ਸਾਰੇ ਕੋਈ 250 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਜ਼ਖਮੀ ਹੋਏ, ਤੇ ਕੁਛ ਦੇ 4-5 ਦੀਆਂ ਦੋਨੋਂ ਅੱਖਾਂ ਚਿਰੀਆਂ ਗਈਆਂ ਤੇ ਕਿਸੇ ਦੀ ਬਾਂਹ 'ਚ ਗੋਲੀ ਲੱਗੀ, ਕਿਸੇ 'ਤੇ ਕੁਛ ਲੱਗਿਆ। ਔਰ ਇਹ ਤੋਂ ਬਿਨਾਂ ਬਹੁਤ ਸਾਰੀ ਮਸ਼ੀਨਰੀ ਦੀ ਅੰਦਰ ਆ ਕੇ ਪੰਜਾਬ ਦੇ ਇਲਾਕੇ 'ਤੇ ਉਹਨਾਂ ਨੇ ਭੰਨ ਤੋੜ ਕੀਤੀ, ਟਰੈਕਟਰ ਭੰਨੇ, ਕਾਰਾਂ ਭੰਨੀਆਂ ਪੂਰੀ ਤਰ੍ਹਾਂ। ਉਹ ਕਿਸੇ ਦੇ ਵਿੱਚ ਰੇਤਾ ਪਾਇਆ, ਉਹਦੀ ਟੈਂਕੀ ਦੇ ਵਿੱਚ ਟਾਇਰ ਪਾੜੇ। ਇਹ ਉਹ ਇਸ ਇਸ਼ੂ ਦੇ ਉੱਤੇ ਕੁਝ ਨਾ ਤਾਂ ਕੋਈ ਕਿਸੇ ਨੇ FIR ਕੀਤੀ, ਨਾ ਕੋਈ ਉਹਦੀ ਇਨਵੈਸਟੀਗੇਸ਼ਨ ਕਿਸੇ ਨੇ ਕੀਤੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਅਨਨੋਟਿਸ ਚਲਾ ਜਾਏਗਾ। ਮੈਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਰਸੋਂ ਰਿਟ ਪਟੀਸ਼ਨ ਦਾਇਰ ਕੀਤੀ ਸੀ, ਜਿਹਦੀ ਅੱਜ ਸੁਣਵਾਈ ਚੀਫ ਜਸਟਿਸ SS ਸੰਧਾਵਾਲੀਆ ਤੇ ਆਨਰੇਬਲ ਸੀਨੀਅਰ ਜੱਜ ਲਤੀਤਾ ਬੈਨਰਜੀ, ਉਹਨਾਂ ਦੇ ਅੱਜ ਇਹ ਕੇਸ ਲੱਗਿਆ ਸੀ। ਹੋਰ ਵੀ ਕਈ ਪਟੀਸ਼ਨਾਂ ਸੀ ਲੱਗੀਆਂ ਹੋਈਆਂ, ਇਕੱਠੀਆਂ ਉਹਨਾਂ ਨੇ ਸੁਣੀਆਂ। ਉਹਦੇ ਵਿੱਚ ਉਹਨਾਂ ਨੇ ਸਾਰੀ ਬਹਿਸ ਸੁਣਨ ਤੋਂ ਬਾਅਦ ਜਿਹੜੇ ਜਿਹਦੇ ਵਿੱਚ ਸੀਨੀਅਰ ਐਡਵੋਕੇਟ ਕੁਲਜੀਤ ਸਿੰਘ ਸਿੱਧੂ, ਸੀਨੀਅਰ ਐਡਵੋਕੇਟ GS ਪੂਨੀਆ, ਸੀਨੀਅਰ ਐਡਵੋਕੇਟ GS ਬਲ, ਐਡਵੋਕੇਟ HS ਢੀਂਡਸਾ ਅਤੇ ਇੱਕ ਹੋਰ ਵੱਡੀ ਵਕੀਲਾਂ ਦੀ ਟੀਮ ਜਿਹੜੀ ਉਹਨਾਂ ਦੇ ਸਾਹਮਣੇ ਪੇਸ਼ ਹੋਈ, ਉਹਨਾਂ ਦੀ ਬਹਿਸ ਤੋਂ ਬਾਅਦ ਜੱਜ ਸਾਹਿਬਾਨ ਨੇ ਹੁਕਮ ਕੀਤਾ ਕਿ ਇੱਕ ਕਮੇਟੀ ਇਕੱਠੀ ਕਰਨ ਕੰਸਟੀਚਿਊਟ ਕਰਨ ਦਾ ਹੁਕਮ ਦਿੱਤਾ, ਜਿਹਦੇ ਵਿੱਚ 2 ADGP ਰੈਂਕ ਦੇ ਪੁਲਿਸ ਅਫਸਰ ਹਰਿਆਣੇ ਦੇ, 2 ADGP ਰੈਂਕ ਦੇ ਪੁਲਿਸ ਅਫਸਰ ਪੰਜਾਬ ਦੇ ਹੋਣਗੇ। ਇਹ ਉਹਨਾਂ ਨੂੰ ਮੋਨੀਟਰ ਕਰੇਗਾ ਕੋਈ ਰਿਟਾਇਰਡ ਹਾਈਕੋਰਟ ਦਾ ਜੱਜ, ਔਰ ਇਹ ਕਮੇਟੀ ਜਿਹੜੀ ਹੈ 1 ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਬਮਿਟ ਕਰੇਗੀ, ਸਾਰੀ ਐਵੀਡੈਂਸ ਇਕੱਠੀ ਕਰੇਗੀ, ਸਾਰਾ ਲੋਕਾਂ ਦੇ ਬਿਆਨ ਲਏਗੀ। ਤੋ ਮੇਰੀ ਬੇਨਤੀ ਹੈ, ਇਹਨਾਂ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਹ ਸਾਰੇ ਜਿਹੜੇ ਉਹਨਾਂ ਕੋਲ ਕੋਈ ਵੀਡੀਓਜ਼ ਨੇ, ਜਿਹੜੇ ਸਬੂਤ ਨੇ, ਉਹ ਆਪਣੇ ਤਿਆਰ ਰੱਖਣ, ਜਦੋਂ ਇਹ ਕਮੇਟੀ ਬੁਲਾਵੇ ਉਹਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਠੀਕ ਢੰਗ ਨਾਲ ਰੱਖਣ, ਤਾਂ ਕਿ ਫਿਰ ਅਸੀਂ ਇਹਨੂੰ ਅੱਗੇ ਫੋਲੋ ਕਰ ਸਕੀਏ, ਸਾਰਿਆਂ ਨੂੰ ਮੁਆਵਜ਼ਾ ਵੀ ਮਿਲ ਸਕੇ ਜਿਨ੍ਹਾਂ ਨੇ ਜ਼ਿਆਦਤੀ ਕੀਤੀ ਹੈ। ਹਰਿਆਣਾ ਸਰਕਾਰ ਦੀ ਪੁਲਿਸ ਬਹੁਤ ਝੂਠ ਬੋਲਦੀ ਰਹੀ, ਕੋਰਟ 'ਚ ਵੀ ਬੜਾ ਕੁਝ ਝੂਠ ਬੋਲੀ, ਤੇ ਉਹ ਤੋਂ ਅਸੀਂ ਇਨਸਾਫ਼ ਲੈ ਸਕੀਏ। ਔਰ ਇਹਦੇ ਲਈ ਮੇਰੀ ਬੇਨਤੀ ਹੈ, ਇਹ ਕਿਸੇ ਗਰੁੱਪ ਜਾਂ ਧੜੇ ਦੀ ਗੱਲ ਨਹੀਂ, ਇਹ ਸਮੁੱਚੀ ਕਿਸਾਨੀ ਦੀ ਗੱਲ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਾਰੇ ਆਪੋ ਆਪਣੇ ਸਬੂਤ ਸੰਭਾਲ ਕੇ ਰੱਖੋ ਤੇ ਜਦੋਂ ਇਹ ਕਮੇਟੀ ਕੰਮ ਸ਼ੁਰੂ ਕਰੇ ਉਹਦੇ ਸਾਹਮਣੇ ਪੇਸ਼ ਕਰੋ। ਜਿਹੜਾ ਇਸ ਵੇਲੇ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ, ਉਹਦੇ 'ਚ ਪਿਛਲੇ ਦਿਨੀ ਇੰਨਾ ਤਸ਼ੱਦਦ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਨੇ ਕੀਤਾ, ਪੰਜਾਬ ਦੇ ਇਲਾਕੇ ਦੇ ਅੰਦਰ ਆ ਕੇ ਕੀਤਾ। ਬਹੁਤ ਸਾਰੇ ਕੋਈ 250 ਦੇ ਕਰੀਬ ਕਿਸਾਨ ਜਿਹੜੇ ਸੀ ਉਹ ਜ਼ਖਮੀ ਹੋਏ, ਤੇ ਕੁਛ ਦੇ 4-5 ਦੀਆਂ ਦੋਨੋਂ ਅੱਖਾਂ ਚਿਰੀਆਂ ਗਈਆਂ ਤੇ ਕਿਸੇ ਦੀ ਬਾਂਹ 'ਚ ਗੋਲੀ ਲੱਗੀ, ਕਿਸੇ 'ਤੇ ਕੁਛ ਲੱਗਿਆ। ਔਰ ਇਹ ਤੋਂ ਬਿਨਾਂ ਬਹੁਤ ਸਾਰੀ ਮਸ਼ੀਨਰੀ ਦੀ ਅੰਦਰ ਆ ਕੇ ਪੰਜਾਬ ਦੇ ਇਲਾਕੇ 'ਤੇ ਉਹਨਾਂ ਨੇ ਭੰਨ ਤੋੜ ਕੀਤੀ, ਟਰੈਕਟਰ ਭੰਨੇ, ਕਾਰਾਂ ਭੰਨੀਆਂ ਪੂਰੀ ਤਰ੍ਹਾਂ। ਉਹ ਕਿਸੇ ਦੇ ਵਿੱਚ ਰੇਤਾ ਪਾਇਆ, ਉਹਦੀ ਟੈਂਕੀ ਦੇ ਵਿੱਚ ਟਾਇਰ ਪਾੜੇ। ਇਹ ਉਹ ਇਸ ਇਸ਼ੂ ਦੇ ਉੱਤੇ ਕੁਝ ਨਾ ਤਾਂ ਕੋਈ ਕਿਸੇ ਨੇ FIR ਕੀਤੀ, ਨਾ ਕੋਈ ਉਹਦੀ ਇਨਵੈਸਟੀਗੇਸ਼ਨ ਕਿਸੇ ਨੇ ਕੀਤੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਹ ਅਨਨੋਟਿਸ ਚਲਾ ਜਾਏਗਾ। ਮੈਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਰਸੋਂ ਰਿਟ ਪਟੀਸ਼ਨ ਦਾਇਰ ਕੀਤੀ ਸੀ, ਜਿਹਦੀ ਅੱਜ ਸੁਣਵਾਈ ਚੀਫ ਜਸਟਿਸ SS ਸੰਧਾਵਾਲੀਆ ਤੇ ਆਨਰੇਬਲ ਸੀਨੀਅਰ ਜੱਜ ਲਤੀਤਾ ਬੈਨਰਜੀ, ਉਹਨਾਂ ਦੇ ਅੱਜ ਇਹ ਕੇਸ ਲੱਗਿਆ ਸੀ। ਹੋਰ ਵੀ ਕਈ ਪਟੀਸ਼ਨਾਂ ਸੀ ਲੱਗੀਆਂ ਹੋਈਆਂ, ਇਕੱਠੀਆਂ ਉਹਨਾਂ ਨੇ ਸੁਣੀਆਂ। ਉਹਦੇ ਵਿੱਚ ਉਹਨਾਂ ਨੇ ਸਾਰੀ ਬਹਿਸ ਸੁਣਨ ਤੋਂ ਬਾਅਦ ਜਿਹੜੇ ਜਿਹਦੇ ਵਿੱਚ ਸੀਨੀਅਰ ਐਡਵੋਕੇਟ ਕੁਲਜੀਤ ਸਿੰਘ ਸਿੱਧੂ, ਸੀਨੀਅਰ ਐਡਵੋਕੇਟ GS ਪੂਨੀਆ,
ਸੀਨੀਅਰ ਐਡਵੋਕੇਟ ਜੀ ਐਸ ਪਾਲ, ਐਡਵੋਕੇਟ ਐਚ ਐਸ ਢੀਂਡਸਾ ਅਤੇ ਇੱਕ ਹੋਰ ਵੱਡੀ ਵਕੀਲਾਂ ਦੀ ਟੀਮ ਜਿਹੜੀ ਉਹਨਾਂ ਦੇ ਸਾਹਮਣੇ ਪੇਸ਼ ਹੋਈ। ਉਹਨਾਂ ਦੀ ਬਹਿਸ ਤੋਂ ਬਾਅਦ ਜੱਜ ਸਾਹਿਬਾਨ ਨੇ ਹੁਕਮ ਕੀਤਾ ਕਿ ਇੱਕ ਕਮੇਟੀ ਇਕੱਠੀ ਕਰਨ ਕੰਸਟੀਚਿਊਟ ਕਰਨ ਦਾ ਹੁਕਮ ਦਿੱਤਾ, ਜਿਹਦੇ ਵਿੱਚ ਦੋ ਏ ਡੀ ਜੀ ਪੀ ਰੈਂਕ ਦੇ ਪੁਲਿਸ ਅਫਸਰ ਹਰਿਆਣੇ ਦੇ, ਦੋ ਏ ਡੀ ਜੀ ਪੀ ਰੈਂਕ ਦੇ ਪੁਲਿਸ ਅਫਸਰ ਪੰਜਾਬ ਦੇ ਹੋਣਗੇ। ਇਹ ਉਹਨਾਂ ਨੂੰ ਮੋਨੀਟਰ ਕਰੇਗਾ ਕੋਈ ਰਿਟਾਇਰਡ ਹਾਈਕੋਰਟ ਦਾ ਜੱਜ, ਔਰ ਇਹ ਕਮੇਟੀ ਜਿਹੜੀ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਬਮਿਟ ਕਰੇਗੀ, ਸਾਰੀ ਐਵੀਡੈਂਸ ਇਕੱਠੀ ਕਰੇਗੀ, ਸਾਰਾ ਲੋਕਾਂ ਦੇ ਬਿਆਨ ਲਏਗੀ। ਤੋ ਮੇਰੀ ਬੇਨਤੀ ਹੈ, ਜਿਹਨਾਂ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਉਹ ਸਾਰੇ ਜਿਹੜੇ ਉਹਨਾਂ ਕੋਲ ਕੋਈ ਵੀਡੀਓਜ਼ ਨੇ, ਜਿਹੜੇ ਸਬੂਤ ਨੇ, ਉਹ ਆਪਣੇ ਤਿਆਰ ਰੱਖਣ, ਜਦੋਂ ਇਹ ਕਮੇਟੀ ਬੁਲਾਵੇ ਉਹਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਠੀਕ ਢੰਗ ਨਾਲ ਰੱਖਣ, ਤਾਂ ਕਿ ਫਿਰ ਅਸੀਂ ਇਹਨੂੰ ਅੱਗੇ ਫੋਲੋ ਕਰ ਸਕੀਏ, ਸਾਰਿਆਂ ਨੂੰ ਮੁਆਵਜ਼ਾ ਵੀ ਮਿਲ ਸਕੇ ਜਿਹਨਾਂ ਨੇ ਜ਼ਿਆਦਤੀ ਕੀਤੀ ਹੈ। ਹਰਿਆਣਾ ਸਰਕਾਰ ਦੀ ਪੁਲਿਸ ਬਹੁਤ ਝੂਠ ਬੋਲਦੀ ਰਹੀ, ਕੋਰਟ 'ਚ ਵੀ ਬੜਾ ਕੁਝ ਝੂਠ ਬੋਲੀ, ਅਤੇ ਉਹ ਤੋਂ ਅਸੀਂ ਇਨਸਾਫ ਲੈ ਸਕੀਏ। ਔਰ ਇਹਦੇ ਲਈ ਮੇਰੀ ਬੇਨਤੀ ਹੈ, ਇਹ ਕਿਸੇ ਗਰੁੱਪ ਜਾਂ ਧੜੇ ਦੀ ਗੱਲ ਨਹੀਂ, ਇਹ ਸਮੁੱਚੀ ਕਿਸਾਨੀ ਦੀ ਗੱਲ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਾਰੇ ਆਪੋ ਆਪਣੇ ਸਬੂਤ ਸੰਭਾਲ ਕੇ ਰੱਖੋ ਅਤੇ ਜਦੋਂ ਇਹ ਕਮੇਟੀ ਕੰਮ ਸ਼ੁਰੂ ਕਰੇ ਉਹਦੇ ਸਾਹਮਣੇ ਪੇਸ਼ ਕਰੋ।